ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਬਾਈਕ ਸਵਾਰ ਤਿੰਨ ਲੁਟੇਰੇ ਆਏ ਜਿਨ੍ਹਾਂ ਨੇ ਕਰਿਆਨਾ ਵਪਾਰੀ ਨੂੰ ਘੇਰਿਆ। ਉਸ ਦੀ ਐਕਟਿਵਾ ਥੱਲੇ ਡਿੱਗ ਪਈ। ਐਕਟਿਵਾ ਦੇ ਵਿੱਚ 6 ਲੱਖ ਰੁਪਏ ਸੀ। ਐਕਟਿਵਾ ਸਣੇ ਇਹ ਪੈਸਾ ਲੈ ਕੇ ਫਰਾਰ ਹੋ ਗਏ। ਹਾਲਾਂਕਿ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਹੀਂ ਹੋ ਸਕੇ। ਤਾਂ ਪੁਲਿਸ ਦੇ ਵੱਲੋਂ 6 ਟੀਮਾਂ ਬਣਾਈਆਂ ਗਈਆਂ। 1000 ਦੇ ਕਰੀਬ CCTV ਕੈਮਰੇ ਖੁੰਘਾਲੇ ਗਏ। ਤਾਂ ਹੁਣ 5 ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜਾਂਚ ਪੜਤਾਲ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਸ ਘਟਨਾ ਦਾ ਮਾਸਟਰ ਮਾਈਂਡ ਉਹ ਨੌਜਵਾਨ ਹੈ ਜੋ ਇਸੇ ਵਪਾਰੀ ਦੀ ਦੁਕਾਨ 'ਤੇ ਕੁਝ ਮਹੀਨੇ ਪਹਿਲਾਂ ਕੰਮ ਕਰਦਾ ਸੀ। ਜਿਸ ਨੇ ਪੂਰੀ ਵਿਉਂਤ ਘੜੀ ਤਾਂ ਉਸ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹੀ ਵਪਾਰੀ ਨੂੰ ਲੁੱਟਿਆ ਗਿਆ। 6 ਲੱਖ ਰੁਪਇਆ ਲੈ ਕੇ ਫਰਾਰ ਹੋ ਗਏ। ਇਹ 18 ਅਪ੍ਰੈਲ ਦੀ ਘਟਨਾ ਹੈ, ਮੋਗਾ ਦੇ ਵਿੱਚ ਹੋਈ ਸੀ। ਤਾਂ ਪੁਲਿਸ ਨੇ ਹੁਣ ਇਸ ਮਾਮਲੇ ਦੇ ਨਾਲ ਜੁੜੇ ਹੋਏ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਇਹਨਾਂ ਦੇ ਕੋਲੋਂ ਹਾਲੇ 2.5 ਲੱਖ ਹੀ ਬਰਾਮਦ ਹੋਏ ਨੇ। ਪੁੱਛ ਪੜਤਾਲ ਕੀਤੀ ਜਾ ਰਹੀ ਹੈ ਔਰ ਇਹਨਾਂ ਦੀ ਪੂਰੀ ਲੁੱਟ CCTV ਕੈਮਰੇ ਦੇ ਵਿੱਚ ਕੈਦ ਹੋਈ ਸੀ। ਕਿਸ ਤਰੀਕੇ ਦੇ ਨਾਲ ਇਹਨਾਂ ਨੇ ਐਕਟਿਵਾ ਸਵਾਰ ਵਪਾਰੀ ਨੂੰ ਨਿਸ਼ਾਨਾ ਬਣਾਇਆ, 6 ਲੱਖ ਰੁਪਇਆ ਉਸ ਤੋਂ ਐਕਟਿਵਾ ਸਣੇ ਖੋਹ ਕੇ ਲੈ ਗਏ ਸਨ। ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਗਈ। 1000 ਦੇ ਕਰੀਬ CCTV ਕੈਮਰਾ ਖੁੰਘਾਲਿਆ ਗਿਆ। ਉਸ ਤੋਂ ਬਾਅਦ ਪੁਲਿਸ ਦੀਆਂ 6 ਟੀਮਾਂ ਇਹਨਾਂ ਲੁਟੇਰਿਆਂ ਨੂੰ ਲੱਭਣ ਵਾਸਤੇ ਤੈਨਾਤ ਕੀਤੀਆਂ ਗਈਆਂ। ਤਾਂ ਆਖਿਰਕਾਰ ਵੱਡੀ ਕਾਮਯਾਬੀ ਹਾਸਲ ਹੋਈ। ਅੱਜ ਇਹਨਾਂ ਨੂੰ ਬੇਨਕਾਬ ਕੀਤਾ ਗਿਆ। ਪੁਲਿਸ ਨੇ ਇਹਨਾਂ ਦੇ ਕੋਲੋਂ 2.5 ਲੱਖ ਰੁਪਇਆ ਬਰਾਮਦ ਕੀਤਾ। ਲਿਹਾਜ਼ਾ ਇਹਨਾਂ ਤੋਂ ਪੁੱਛ ਪੜਤਾਲ ਹੋਵੇਗੀ ਕਿ ਬਾਕੀ ਦਾ ਪੈਸਾ ਇਹਨਾਂ ਨੇ ਕਿੱਥੇ ਲੁਕੋ ਕੇ ਰੱਖਿਆ ਹੋਇਆ। 18 ਅਪ੍ਰੈਲ ਨੂੰ ਇੱਕ ਮੰਦਭਾਗੀ ਵਕੂਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਦੁਕਾਨਦਾਰ ਕਮਲ ਕੁਮਾਰ ਜਿਹੜੇ ਹੈਗੇ ਨੇ ਉਹਨਾਂ ਦੇ ਜਦੋਂ ਆਪਣੀ ਦੁਕਾਨ ਵਧਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ 3 ਲੋਕਾਂ ਨੇ ਹਮਲਾ ਕੀਤਾ। ਜਿਨ੍ਹਾਂ ਦੇ ਹਮਲੇ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਸਕੂਟੀ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉੱਥੋਂ ਮੌਕੇ ਤੋਂ ਭੱਜ ਗਏ ਸਨ। ਅਤੇ ਇਸ ਦੇ ਉੱਪਰ 60 ਨੰਬਰ FIR 18/4/2024 ਨੂੰ ਦਰਜ ਕੀਤੀ ਗਈ ਔਰ ਉਸ FIR ਦੀ ਤਫਤੀਸ਼ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਤੌਰ ਦੇ ਉੱਪਰ ਟੀਮਸ ਬਣਾਈਆਂ ਗਈਆਂ। ਅਤੇ DSP ਡੀ ਸਾਹਿਬ, DSP City, SHO City ਸਾਊਥ ਅਤੇ ਇੰਚਾਰਜ CAA SPD ਸਾਹਿਬ ਦੀ ਓਵਰਆਲ ਸੁਪਰਵੀਜ਼ਨ ਦੇ ਵਿੱਚ ਇਹ ਕੇਸ ਸੋਲਵ ਕੀਤਾ ਗਿਆ, ਜਿਸ ਵਿੱਚ ਕਿ ਹੁਣ ਤੱਕ 5 ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ। ਇਹਨਾਂ ਦੇ ਵਿੱਚੋਂ ਜਿਹੜੇ 3 ਲੋਕ ਮੌਕੇ ਦੇ ਉੱਪਰ ਜਿਹਨਾਂ ਨੇ ਅਟੈਕ ਕੀਤਾ ਸੀਗਾ ਉਹ ਵੱਖਰੇ ਤੌਰ ਦੇ, ਅਤੇ ਜਿਨ੍ਹਾਂ ਨੇ ਰੇਕੀ ਕੀਤੀ ਸੀ 2 ਲੋਕ ਉਹ ਵੀ ਆਈਡੈਂਟੀਫਾਈ ਹੋਏ ਨੇ ਅਤੇ ਇਹਨਾਂ ਸਾਰੇ 5 ਬੰਦਿਆਂ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚੁੱਕਾ। ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ। ਜਿਹੜੀ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ, ਖੋਹ ਕੇ ਲੈ ਕੇ ਗਏ ਸੀ, ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ। ਅਤੇ ਇਸ ਤੋਂ ਇਲਾਵਾ 2.5 ਲੱਖ ਰੁਪਇਆ ਅਤੇ ਜਿਹੜੇ ਇਹਨਾਂ ਨੇ ਕਿਰਚ ਔਰ ਰੋਡ ਉੱਥੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ। ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਦੇ ਵਿੱਚ ਸਾਡੇ ਕੋਲ। ਇਹਨਾਂ ਦੀ ਹੁਣ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਉਂਦਾ ਵੀ ਇਹ ਪਹਿਲੇ ਤੋਂ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨੇ, ਇਹ ਪਹਿਲੇ ਤੋਂ ਇੱਕ ਦੂਸਰੇ ਦੋਸਤ ਹੈਗੇ ਨੇ ਔਰ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ ਦੱਸਣ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੇ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ, ਜਿਸ ਕਰਕੇ ਕਿ ਇਹਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ ਪਾਸ ਇਹ ਤਾਂ ਦੁਕਾਨਦਾਰ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ, ਤਾਂ ਜਿਸ ਕਰਕੇ ਕਿ ਇਹ ਜਿਹੜੀ ਹੈਗੀ ਇਹਨਾਂ ਨੇ ਇਹ ਵਕੂਆ ਪਲੈਨ ਕੀਤਾ। ਇਹਨਾਂ ਦੇ ਵਿੱਚ ਜਿਹੜੇ 2 ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਣੀ ਅਤੇ ਰਜਿੰਦਰ ਸਿੰਘ ਉਰਫ ਜੈਰੀ, ਇਹਨਾਂ ਦੋਨਾਂ ਦੇ ਉੱਪਰ ਪੁਰਾਣੇ ਮੁਕੱਦਮੇ ਵੀ ਦਰਜ ਹੈਗੇ ਨੇ।
ਇਹਨਾਂ ਦੀ ਕਰਨ ਦੇ ਦੱਸਣ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਪਲੈਨ ਸੀ, ਕਿਉਂਕਿ ਮੇਨ ਜਿਹੜੀ ਪਲੈਨਿੰਗ ਉਹ ਇਹਦੀ ਹੈ, ਬਾਕੀ ਸਾਰੇ ਬੰਦੇ ਨੇ ਹੌਲੀ ਹੌਲੀ ਆਪਣੇ ਨਾਲ ਜੋੜੇ ਆ, ਅਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਜਿਹੜਾ ਇਸ ਇੰਸੀਡੈਂਟ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਅੰਜਾਮ ਦਿੱਤਾ। ਇਹਦੇ ਦੱਸਣ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨ ਦੇ ਉੱਪਰ, ਇਸ ਕਰਕੇ ਇਹਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤਾਂ ਇਹਨਾਂ ਦੇ ਪਾਸ ਕੈਸ਼ ਹੁੰਦਾ ਹੈ। ਐਗਜੈਕਟ ਅਮਾਊਂਟ ਬਾਰੇ ਨਹੀਂ ਪਤਾ ਸੀ, ਬਟ ਇਹਨੂੰ ਇਹ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਸਮੇਂ। ਇਹ ਮੋਗੇ ਦੇ ਰਹਿਣ ਵਾਲੇ ਹੈਗੇ ਨੇ ਜੀ। ਟੋਟਲ ਅਮਾਊਂਟ ਕਿੰਨੀ ਸੀਗੀ ਸਰ, ਜਿਹੜੀ ਕਿੰਨੀ ਰਿਕਵਰ ਹੋਈ ਹੈ, ਕਿੰਨੀ ਅਮਾਊਂਟ ਸੀ ਟੋਟਲ? ਇਹ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 5 ਲੱਖ ਦੇ ਆਸ ਪਾਸ ਹੀ ਅਮਾਊਂਟ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ। ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕੇ। ਸਰ ਇੰਤਜ਼ਾਰ ਕਰ ਰਹੇ ਸੀਗੇ ਦੁਕਾਨਦਾਰ ਦਾ ਜੋ ਬੰਦ ਕਰਕੇ ਘਰੇ ਜਾ ਰਹੇ ਸੀਗੇ? ਹਾਂਜੀ, ਇਹ ਆਪਣਾ ਇਹਨਾਂ ਦੀ ਜਿਹੜੀ 2 ਲੋ ਮੈਂ ਜੇ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਅਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰੇਕੀ ਕਰ ਰਹੇ ਸਨ, ਅਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀ ਅਗਲੀ ਆਪਣੀ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਹੁਣ ਚਲੇ ਗਿਆ, ਹੁਣ ਘਰੋਂ ਦੁਕਾਨ ਵਧਾ ਕੇ ਜਾ ਰਿਹਾ, ਤੁਸੀਂ ਜਿਹੜਾ ਹੈਗਾ ਇਹਨੂੰ ਇੰਪਲੀਮੈਂਟ ਪੂਰਾ ਅੰਜਾਮ ਦੇ ਸਕਦੇ। ਜਿਹੜਾ ਮੋਟਰਸਾਈਕਲ ਵਰਤਿਆ ਗਿਆ ਜੋ ਏਪੀ ਦਾ ਸੀ, ਚੋਰੀ ਦਾ ਸੀ, ਇਹਨਾਂ ਦਾ ਹਜੇ, ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਅਤੇ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਚੀਜ਼ਾਂ ਹੋਰ ਵੀ ਸਾਰੀ ਕਲੀਅਰ ਹੋਣਗੀਆਂ। ਇਸ ਕੇਸ 'ਚ ਸਰ ਹੋਰ ਵੀ ਕੁਛ ਬੰਦੇ ਇਨਵੋਲਵ ਹੈ? ਹੁਣ ਤੱਕ ਤਫਤੀਸ਼ ਵਿੱਚ 5 ਲੋਕ ਆਏ ਨੇ, ਬਾਕੀ ਤਫਤੀਸ਼ ਨੂੰ ਵਿੱਚ ਇੱਕ ਔਨਗੋਇੰਗ ਪ੍ਰੋਸੈਸ ਹੈ, ਜੇ ਹੋਰ ਕਿਸੇ ਦਾ ਰੋਲ ਆਊਗਾ ਤਾਂ ਡੈਫੀਨੇਟਲੀ ਉਹਨੂੰ ਪਤਾ ਲੱਗੇਗਾ। ਜਾਣਕਾਰੀ ਹੈ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਟਰੇਸ ਕਰਨ ਲਈ, 1000 ਤੋਂ ਉੱਪਰ ਕੈਮਰੇ ਖੜਾਲੇ ਨੇ। ਬਿਲਕੁਲ ਸਹੀ ਹੈ ਜੀ, ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਇਹਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਟਰੇਸ ਕੀਤਾ। ਕਿੰਨੇ ਕੈਮਰੇ ਖੜਾਲੇ? ਮਿਹਨਤ ਦਾ ਤਾਂ ਕੋਈ ਹਿਸਾਬ ਨਹੀਂ ਹੁੰਦਾ, ਮਿਹਨਤ ਦਾ ਤਾਂ ਕੋਈ ਹਿਸਾਬ ਨਹੀਂ ਹੁੰਦਾ। ਮਿਹਨਤ ਤਾਂ ਸਾਡੇ ਵੱਲੋਂ ਹਰ ਕੇਸ ਦੇ ਵਿੱਚ ਕੀਤੀ ਜਾਂਦੀ ਹੈ, ਥੋੜ੍ਹਾ ਬਹੁਤ ਆਪਾਂ ਕਹਿ ਰਹੀਏ ਵੀ ਲੱਕ ਵੀ ਹੁੰਦਾ ਵੀ ਕਿਸੇ ਕੇਸ ਦੇ ਵਿੱਚ ਜਲਦੀ ਹੀ ਸਕਸੈਸ ਮਿਲ ਜਾਂਦੀ, ਕਿਸੇ ਵਿੱਚ ਥੋੜ੍ਹਾ ਜ਼ਿਆਦਾ ਸਮੇਂ ਲੱਗਦਾ ਹੈ, ਬਟ ਮਿਹਨਤ ਹਰ ਵਾਰੀ ਕੀਤੀ ਜਾਂਦੀ ਹੈ ਹਰ ਕਿਸੇ। ਇਹਦੇ ਵਿੱਚ ਲਗਭਗ 6 ਟੀਮਾਂ ਜਿਹੜੀਆਂ ਹੈਗੀਆਂ ਵੱਖ ਵੱਖ ਤੌਰ ਦੇ ਉੱਪਰ ਕੰਮ ਕਰ ਰਹੀਆਂ ਸਨ, ਜਿਹਨਾਂ ਨੇ ਜਿਹਨਾਂ ਦੀ ਮਿਹਨਤ ਸਦਕਾ ਆਪਾਂ ਨੂੰ ਕਾਮਯਾਬ ਹੋਈ ਹੈ। ਸਰ ਇਸ ਇੰਸੀਡੈਂਟ ਤੋਂ ਬਾਅਦ ਜਿਹੜਾ ਕਿ 8:10 ਹੋਇਆ ਸੀ, ਉਸੇ ਰਾਤ ਨੂੰ ਹੀ 12 ਵਜੇ ਤੋਂ ਬਾਅਦ ਵੀ ਕੋਈ ਇੰਸੀਡੈਂਟ ਹੋਇਆ ਸੀਗਾ ਕੋਈ ਚੋਰੀ ਦਾ? ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ, ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦੇਰ ਤੋਂ ਜਿਹੜਾ ਹੈਗਾ ਇੱਥੋਂ ਛੱਡ ਕੇ ਚਲਾ ਗਿਆ ਸੀਗਾ, ਇਹ ਲੁਧਿਆਣਾ ਕਮਿਸ਼ਨਰੇਟ ਦੇ ਏਰੀਆ ਵਿੱਚ ਰਹਿਣ ਲੱਗ ਪਿਆ ਸੀ। ਸਾਨੂੰ ਇਸ ਕਰਕੇ ਹੋਰ ਵੀ ਕੁਝ ਇੰਸੀਡੈਂਟਸ ਦੇ ਬਾਰੇ ਕੁਝ ਹੈਗੀ ਹੈ ਜਿਹਦੀ ਵੈਰੀਫਿਕੇਸ਼ਨ ਮੈਂ ਆਪ ਜੀ ਨੂੰ ਪਹਿਲੇ ਦੱਸਿਆ, ਇਸੇ ਕਰਕੇ ਅਸੀਂ ਅੱਜ ਰਿਮਾਂਡ ਲੈਣ ਤੋਂ ਬਾਅਦ ਹੀ ਚੀਜ਼ ਨੂੰ ਕਲੀਅਰ ਕਰ ਸਕਾਂਗੇ ਵੀ ਹੋਰ ਕਿਹੜੇ ਫੈਕਟਸ ਆ ਰਹੇ ਹਨ। ਸਰ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਨਿਕਲ ਗਏ? ਲੁਧਿਆਣੇ ਵਾਲੇ ਪਾਸੇ ਗਏ।